ਅੱਜ ਦਾ ਦਿਹਾੜਾ ਬਹੁਤ ਪਵਿੱਤਰ ਦਿਹਾੜਾ, ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਗੁਰਗੱਦੀ ਦਿਵਸ ਦਾ ਦਿਹਾੜਾ, ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦਾ ਇਸ਼ਨਾਨ, ਗੁਰੂ ਅਮਰਦਾਸ ਜੀ ਮਹਾਰਾਜ ਗੋਂਦਵਾਲ ਸਾਹਿਬ ਬਿਆਸ ਦੇ ਵਿੱਚੋਂ ਪਾਣੀ ਲਿਆ ਕੇ ਰੋਜ਼ ਖਡੂਰ ਸਾਹਿਬ ਉਹਨਾਂ ਦੇ ਇਸ਼ਨਾਨ ਕਰਾਉਂਦੇ ਸੀ। ਗੁਰੂ ਅਮਰਦਾਸ ਜੀ ਮਹਾਰਾਜ ਦੀ ਉਮਰ ਵੀ ਵੱਡੀ ਸੀ ਅਤੇ ਘੱਟੋ ਘੱਟ ਜਿੱਥੋਂ ਉਹ ਗਾਗਰ ਲੈ ਕੇ ਪਾਣੀ ਲਿਆਉਂਦੇ ਸੀ ਖਡੂਰ ਸਾਹਿਬ, ਉਹ ਅੱਜ ਜੇ ਆਪਾਂ ਮਿਣਤੀ ਕਰੀਏ ਤਾਂ ਤਕਰੀਬਨ 5 ਕਿਲੋਮੀਟਰ ਬਣ ਜਾਂਦਾ। ਉਦੋਂ ਕੋਈ ਸੜਕਾਂ ਨਹੀਂ ਸੀ, ਰਾਹ ਨਹੀਂ ਸੀ, ਪਗਡੰਡੀਆਂ ਸੀ। ਇੱਕ ਦਮਦਮਾ ਸਾਹਿਬ ਗੁਰਦੁਆਰਾ ਵਾ ਰਸਤੇ ਦੇ ਵਿੱਚ, ਗੋਂਦਵਾਲ ਸਾਹਿਬ ਅਤੇ ਫਤਿਹਾਬਾਦ ਦੇ ਖਡੂਰ ਸਾਹਿਬ ਦੇ ਵਿੱਚ, ਉੱਥੇ ਗੁਰੂ ਅਮਰਦਾਸ ਜੀ ਮਹਾਰਾਜ ਸਾਹ ਲੈਂਦੇ ਹੁੰਦੇ ਸੀ। ਇੰਨੀ ਵੱਡੀ ਤਪੱਸਿਆ, ਇੰਨਾ ਵੱਡਾ ਸਤਿਕਾਰ, ਅਤੇ ਖਾਲਸਾ ਜੀ, ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੁਰੂ ਅਮਰਦਾਸ ਜੀ ਪਾਤਸ਼ਾਹ ਜਿਹੜੇ ਆ ਉਹ ਆਪਣੇ ਗੁਰੂ ਬਣੇ। ਤਾਂ ਮੈਂ ਸਮਝਦਾ ਕਿ ਮਹਾਨ ਸ਼ਖਸੀਅਤ ਸਨ ਉਹਨਾਂ ਦਾ, ਜੋ ਫਰਜ਼ ਪਾਵਾ, ਜੋ ਉਹਨਾਂ ਨੇ ਸਾਨੂੰ ਸਿੱਖੀ ਦੇ ਸਿਧਾਂਤਾਂ ਦੇ ਮੁਤਾਬਕ ਸਿੱਖਿਆ ਦਿੱਤੀਆਂ ਨੇ, ਉਹ ਸਾਰੀਆਂ ਇਹ ਦਿੱਤੀਆਂ ਨੇ ਕਿ ਕਰ ਭਲਾ, ਹੋ ਭਲਾ, ਅੰਤ ਭਲੇ ਦਾ ਭਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਆਪਾਂ ਉਸ ਪਵਿੱਤਰ ਧਰਤੀ 'ਤੇ ਜਿੱਥੇ 8 ਗੁਰੂ ਸਾਹਿਬਾਨ ਰਹੇ ਨੇ, ਉਹਨਾਂ ਦੀ ਚਰਨ ਛੋਹ ਪ੍ਰਾਪਤ ਧਰਤੀ, ਅੱਜ ਆਪਾਂ ਉੱਥੇ ਬਿਰਾਜਮਾਨ ਆ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇਹ ਵਿਸ਼ਾਲ ਜਿਹੜੀ ਕਾਨਫਰੰਸ ਹੈ, ਇਹ ਨਹੀਂ ਹੋ ਰਹੀ, ਕਾਂਗਰਸ ਵਾਲਿਆਂ ਦੀ ਵੀ ਕਾਨਫਰੰਸ ਹੋ ਰਹੀ ਆ, ਆਪ ਵਾਲਿਆਂ ਨੇ, ਹੋਰ ਪਾਰਟੀਆਂ ਨੇ ਵੀ ਕੀਤੀਆਂ, ਉਹ ਵੀ ਤੁਹਾਨੂੰ ਪਤਾ ਲੱਗ ਜੂ ਵੀ ਕਿੰਨੇ ਕਿੰਨੇ ਸੀ। ਪਰ ਖਾਸ ਕਰਕੇ ਜਿਹੜੇ ਕਾਂਗਰਸ ਵਾਲੇ, ਉਹਨਾਂ ਦੇ ਪੰਡਾਲ ਦੇ ਵਿੱਚੋਂ ਜੋ ਸਾਨੂੰ ਇਨਫੋਰਮੇਸ਼ਨ ਆਈ ਆ ਕਿ ਕੁਝ ਸੈਂਕੜੇ ਆਦਮੀ ਉੱਥੇ ਸੀ, ਤਾਂ ਉੱਥੇ ਕੋਈ ਨਾ ਰਾਣਾ ਆਇਆ, ਨਾ ਕੋਈ ਵਜ਼ੀਰ ਆਇਆ, ਨਾ ਕੋਈ ਚੀਫ ਮਿਨਿਸਟਰ ਆਇਆ, ਅਤੇ ਇੱਕ ਹਲਕੇ ਦਾ ਜਿਹੜਾ MLA ਆ ਉਹ ਉੱਥੇ ਆਇਆ। ਕੋਈ ਦਿਲਚਸਪੀ ਨਹੀਂ ਇਹਨਾਂ ਦੀ, ਹਲਕੇ ਨਾਲ ਨਹੀਂ, ਲੋਕਾਂ ਦੀ ਸੇਵਾ ਦਾ ਨਾਲ ਨਹੀਂ, ਬਿਜ਼ਨਸਮੈਨ ਨੇ ਆਪਣਾ ਕੰਮ ਧੰਦਾ ਕਰਦੇ ਨੇ, ਲੁੱਟਮਾਰ ਕਰਦੇ ਨੇ। ਆਹ ਜਦੋਂ ਸਾਡਾ ਰਾਹ ਸੀ, ਲੋਕ ਕਹਿੰਦੇ ਸੀ ਜੀ ਰੇਤਾ ਮਹਿੰਗੀ ਹੋ ਗਈ, ਆਹ ਹੋ ਗਿਆ ਅਤੇ ਉਹ ਹੋ ਗਿਆ। ਅੱਜ ਰੇਤਾ ਦਾ ਜਿਹੜਾ ਟਰੱਕ ਆ ਉਹ 55 ਤੋਂ 60 ਹਜ਼ਾਰ ਰੁਪਈਏ ਦਾ ਇੱਕ ਟਰੱਕ ਆ, ਜਿਹੜਾ ਕਿ ਪਿਛਲੇ ਵਾਰ ਨੂੰ 6-7 ਗੁਣਾ ਮਹਿੰਗਾ। ਕਹਿੰਦੇ ਸੀ ਜੀ ਆਹ ਡਰੱਗ ਬੜਾ ਵਾ, ਅਤੇ ਮੈਂ ਪੁੱਛਦਾ ਡਰੱਗ ਬੰਦ ਹੋ ਗਿਆ ਗੁਟਕਾ ਲੈ ਕੇ? ਉਸ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਨੇ ਕਿਹਾ ਸੀ ਲਾ ਐਂਡ ਆਰਡਰ ਦੀ ਗੱਲ ਆ, ਦਿਨੇ ਰਾਤ ਲੋਕਾਂ ਦੀਆਂ ਲੁੱਟਾਂ ਖੋਹਾਂ ਆਉਂਦੀਆਂ ਨੇ, ਚੋਰੀਆਂ ਆਉਂਦੀਆਂ ਨੇ, ਡਾਕੇ ਵੱਜਦੇ ਨੇ, ਬੈਂਕਾਂ ਦੇ ਲੋਕਰ ਭੱਜਦੇ ਨੇ। ਤੋ ਖਾਲਸਾ ਜੀ, ਇਹ ਸਭ ਕੁਛ 6 ਮਹੀਨਿਆਂ ਦੇ ਵਿੱਚ ਹੋ ਗਿਆ। ਅੱਜ ਸਾਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਆ, ਹਾਹਾਕਾਰ ਇਸ ਕਰਕੇ ਮੱਚੀ ਆ ਕਿ ਜਿਹੜੇ ਉਹਨਾਂ ਨੇ ਸਬਜ਼ ਬਾਗ ਆਪਾਂ ਨੂੰ ਵਿਖਾਏ ਉਹ ਇਹ ਸੀ ਕਿ ਜਦੋਂ ਸਾਡਾ ਰਾਜ ਆਏਗਾ ਤਾਂ ਰਾਮ ਰਾਜ ਹੋਏਗਾ, ਅਸੀਂ ਲੋਕਾਂ ਦੇ, ਗਰੀਬਾਂ ਦੇ, ਭਾਵੇਂ ਸ਼ਾਹੂਕਾਰ ਦਾ ਕਰਜ਼ਾ, ਆੜ੍ਹਤੀ ਦਾ ਕਰਜ਼ਾ, ਬੈਂਕ ਦਾ ਕਰਜ਼ਾ, ਕਿਸੇ ਰਿਸ਼ਤੇਦਾਰ ਦਾ ਕਰਜ਼ਾ, ਸਾਰੇ ਕਰਜ਼ੇ ਜਿਹੜੇ ਆ ਉਹਨਾਂ ਦੇ ਉੱਤੇ ਲਕੀਰ ਫੇਰ ਦਿਆਂਗੇ। ਉਹਨਾਂ ਨੇ ਕਿਹਾ ਸੀ ਹਰ ਘਰ ਦੇ ਵਿੱਚੋਂ ਨੌਕਰੀ ਦੇਵਾਂਗੇ, 6 ਮਹੀਨੇ ਹੋ ਗਏ, ਕੋਈ ਦੱਸੇ ਆ ਪਖੰਡ ਜਿਹਾ ਰਚਿਆ, ਕੰਪਨੀਆਂ ਨੂੰ ਲਿਆ ਕੇ ਬਾਤਾ, ਅਤੇ ਕੰਪਨੀਆਂ ਨੇ ਤਾਂ ਆਪਣੇ ਤੌਰ ਦੇ ਉੱਤੇ ਰੱਖਣੇ ਹੀ ਹੁੰਦੇ ਆ। ਇਹ ਪਖੰਡ ਇਸ ਕਰਕੇ ਕੀਤਾ ਕਿ ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਕੁਝ ਕਰ ਰਹੇ ਹਾਂ, ਇਹੋ ਜਿਹੇ ਪਖੰਡ ਕਰਕੇ ਜਿਹੜੇ ਇਹਨਾਂ ਨੇ ਵਿਖਾਏ ਆ ਲੋਕਾਂ ਨੇ ਪਸੰਦ ਨਹੀਂ ਕੀਤੇ, ਅਤੇ ਲੋਕ ਜਿਹੜੇ ਨੇ ਠੱਗੇ ਠੱਗੇ ਮਹਿਸੂਸ ਕਰਦੇ ਨੇ। ਪਿੰਡਾਂ ਦੇ ਵਿੱਚ ਹਾਹਾਕਾਰ ਆ, ਜਿਹੜੇ ਇਹਨਾਂ ਦੇ ਵਰਕਰ ਆ ਸਾਡੇ ਮੂੰਹ ਦੇ ਉੱਤੇ ਇਹਨਾਂ ਕਾਂਗਰਸੀਆਂ ਨੂੰ ਗਾਲਾਂ ਕੱਢਦੇ ਆ, ਉਹ ਕਹਿੰਦੇ ਆ ਕਿ ਲੋਕਾਂ ਦੇ ਨਾਲ ਧੋਖਾ ਕੀਤਾ ਇਹਨਾਂ ਦਾ, ਪਰਮਾਤਮਾ ਨੇ ਬੇੜਾ ਗਰਕ ਕਰ ਦੇਣਾ। ਅਤੇ ਖਾਲਸਾ ਜੀ, ਇਹਨਾਂ ਨੇ ਅਕਾਲ ਤਖ਼ਤ ਸਾਹਿਬ ਟਾਇਆ, ਇਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਚਲਾਈਆਂ। ਇਹ ਜਿਹੜੀ ਪਾਰਟੀ ਆ, ਐਡੀ ਦੁਸ਼ਮਣ ਪਾਰਟੀ ਆ, ਐਡੀ ਸਿੱਖਾਂ ਪ੍ਰਤੀ ਇਹ ਨਫ਼ਰਤ ਵਾਲੀ ਪਾਰਟੀ ਆ, ਅਤੇ ਆਪਾਂ ਕਈ ਵਾਰਾਂ
मैं वेख्या गुस्सा ना को करो गातरे कृपाना पाइया लम्मिया दाड़ियाँ छड़िया ते पग्गां बधिया ते झंडा काल तख्त ढाउण वालिया दा जिहड़ा झंडा वा कांग्रेस दा उहदे थले बैठे शर्म आउणी चाहीदी आपां नूं आपां माझे दे ओह लोक आ जिन्हां दा पिछला 500-700 साल दा इतिहास बड़ा सुनहरी आ इतिहास तां सारा किसे ने पढ़िया नहीं मैं भी नहीं पढ़िया पर मैनू इन्ना पता वा कि इत्थों दे जिहड़े लोक सी जदों जुर्माने लुट के हिंदुस्तान दे विच्चों लै जांदे सी ਧੀਆਂ ਭੈਣਾਂ ਨੂੰ ਸਾਡੀਆਂ ਨੂੰ ਖੋਹ ਕੇ ਲੈ ਜਾਂਦੇ ਸੀ ਇੱਥੇ ਉਹ ਲੁੱਟਿਆ ਮਾਲ ਵਾਪਸ ਕਰਦੇ ਸੀ ਘਰਾਂ ਦੇ ਵਿੱਚ ਅਤੇ ਧੀਆਂ ਭੈਣਾਂ ਨੂੰ ਘਰ ਪਹੁੰਚਾਉਂਦੇ ਸੀ ਇਹ ਉਹ ਲੋਕ ਨੇ ਅਤੇ ਖਾਲਸਾ ਜੀ ਫਿਰ ਇਤਨਾ ਧੌਣ ਸੁੱਟਿਆ ਇਸ ਤਰ੍ਹਾਂ ਨੀਵੀਆਂ ਪਾਈਆਂ ਇਸ ਤਰ੍ਹਾਂ ਕਮਜ਼ੋਰ ਹੋਇਆ ਕੋਈ ਡੰਗ ਸਰੂਗਾ ਆਪਾਂ ਇਤਿਹਾਸ ਕਲੰਕਿਤ ਨਹੀਂ ਕਰਨਾ ਤਕੜੇ ਹੋ ਸੂਰਮੈ ਬਣੋ ਸੂਰਮੈ ਬਣੋ ਤੁਹਾਡਾ ਇਤਿਹਾਸ ਆ ਆਪਾਂ ਜੇ ਇਤਿਹਾਸ ਨਾਲ ਬੇਵਫਾਈ ਕੀਤੀ ਆਪਣੇ ਬਜ਼ੁਰਗਾਂ ਨਾਲ ਕੁਰਬਾਨੀਆਂ ਵਾਲੇ ਲੋਕਾਂ ਨਾਲ ਬੇਵਫਾਈ ਕੀਤੀ ਆਪਾਂ ਉਹਨਾਂ ਦੇ ਪੂਰਨਿਆਂ ਦੇ ਨਾਂ ਚੱਲੇ ਅਤੇ ਆਪਾਂ ਨੂੰ ਅਗਲੇ ਯੁੱਗ ਦੇ ਵਿੱਚ ਵੀ ਜਿੱਥੇ ਆਉਂਦੇ ਆ ਜਾ ਕੇ ਹਿਸਾਬ ਕਿਤਾਬ ਦੇਣਾ ਉੱਥੇ ਫਿਰ ਹਿਸਾਬ ਕਿਤਾਬ ਨਹੀਂ ਦਿੱਤਾ ਜਾਣਾ ਤਾਂ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਦਾ ਕਿ ਅੱਜ ਸਾਡੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਇਹ ਉਮਰ ਦੇ ਵਿੱਚ ਤਾਂ ਮੇਰੇ ਪੁੱਤਰਾਂ ਵਰਗੇ ਆ ਭਤੀਜੇ ਆ ਮੇਰੇ ਬਾਦਲ ਸਾਹਿਬ ਮੇਰੇ ਭਰਾ ਵਾ ਪਰ ਇਹ ਹੁਣ ਪ੍ਰਧਾਨ ਆ ਇਹ ਸਾਡੇ ਜਰਨੈਲ ਆ ਅਸੀਂ ਇਹਨਾਂ ਦੇ ਸਿਪਾਹੀ ਹਾਂ ਪਰ ਅੱਜ ਬਾਦਲ ਸਾਹਿਬ ਨਹੀਂ ਆਏ ਬਾਦਲ ਸਾਹਿਬ ਨਹੀਂ ਆਏ ਮੇਲਾ ਬਹੁਤ ਵੱਡਾ ਵਾ ਇਕੱਠ ਬਹੁਤ ਵੱਡਾ ਵਾ ਪਰ ਮੈਨੂੰ ਐਂ ਲੱਗਦਾ ਵੀ ਜਿਸ ਤਰ੍ਹਾਂ ਉਹਨਾਂ ਦੇ ਨਾਂ ਹੋਣਾ ਨਾ ਮੈਨੂੰ ਜਾਤੀ ਤੌਰ 'ਤੇ ਮੈਂ ਸਾਰੀ ਉਮਰ ਉਹਨਾਂ ਦੇ ਨਾਲ ਰਿਹਾ ਉਹਨਾਂ ਦੇ ਨਾਲ ਹੀ ਰਹਿਣਾ ਮੈਂ ਆਪਣੇ ਸੁਪਨਿਆਂ ਦੇ ਦਿਨ ਰਾਤ ਉਹਨਾਂ ਨੂੰ ਹੀ ਸੁੱਖ ਮੰਗਦਾ ਵਾਂ ਅਰਦਾਸਾਂ ਕਰਦਾ ਕਿਉਂ ਕਰਦਾ ਕਿ ਮੈਂ ਜਾਤੀ ਤੌਰ 'ਤੇ ਉਹਨਾਂ ਦਾ ਕੁਛ ਨਹੀਂ ਲੈਣਾ ਮੈਂ ਇਸ ਕਰਕੇ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਜਿਹੜੀ ਉਹਨਾਂ ਨੇ ਮੁਸੀਬਤ ਭਰੀਆਂ ਘੜੀਆਂ ਦੇ ਵਿੱਚ ਕੀਤੀ ਆ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਦ੍ਰਿੜਤਾ ਦੇ ਨਾਲ ਸਿਆਣਪ ਦੇ ਨਾਲ ਮਜ਼ਬੂਤੀ ਦੇ ਇਰਾਦੇ ਦੇ ਨਾਲ ਇਹ ਕੰਮ ਕੀਤੇ ਆ ਪੰਜਾਬ ਨੂੰ ਖੁਸ਼ਹਾਲ ਬਣਾਇਆ ਇਹ ਖਾਲਸਾ ਜੀ ਬਹੁਤ ਵੱਡੀ ਗੱਲ ਆ ਇਹੋ ਜਿਹੇ ਲੀਡਰ ਨਹੀਂ ਜੇ ਲੱਭਦੇ ਇਹੋ ਜਿਹੇ ਲੀਡਰ ਨਹੀਂ ਜੇ ਲੱਭਦੇ ਆਓ ਅੱਜ ਇਸ ਪਵਿੱਤਰ ਸਥਾਨ 'ਤੇ ਬਿਰਾਜਮਾਨ ਜੋ ਆਓ ਅਰਦਾਸ ਕਰੀਏ ਮਹਾਰਾਜ ਕਰੇ ਕਿਰਪਾ ਕਰੇ ਦਇਆ ਕਰੇ ਬਾਦਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਤੰਦਰੁਸਤ ਹੋਵੇ ਤਾਂ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਦੇਖ ਰੇਖ ਜਿਹੜੀ ਆ ਉਹ ਸਰਪ੍ਰਸਤੀ ਜਿਹੜੀ ਆ ਉਹ ਕਰ ਸਕਣ ਮੈਂ ਇਹਨਾਂ ਦਾ ਵੀ ਧੰਨਵਾਦੀ ਹਾਂ ਮਜੀਠਾ ਸਾਹਿਬ ਦਾ ਸਰਦਾਰ ਸੁਖਬੀਰ ਸਿੰਘ ਹੋਰਾਂ ਦਾ ਖਾਸ ਕਰਕੇ ਪਿਛਲੀ ਸਰਕਾਰ ਵੇਲੇ ਹੋ ਸਕਦਾ ਹੀ ਸਾਡੀ ਸਰਕਾਰ ਨਾ ਬਣਦੀ ਪਰ ਜੋ ਕੰਮ ਸਰਦਾਰ ਸੁਖਬੀਰ ਸਿੰਘ ਨੇ ਮਿਹਨਤ ਨਾ ਕੀਤਾ ਇੱਕ ਸੋਚ ਨਾ ਕੀਤਾ ਇੱਕ ਸਮਝ ਨਾ ਕੀਤਾ ਮੌਕੇ ਦੇ ਮੁਤਾਬਕ ਰਾਜਨੀਤੀ ਵਰਤੀ ਉਹਦਾ ਕਰਕੇ ਸਾਡੀ ਸਰਕਾਰ ਜਿਹੜੀ ਬਣੀ ਆ ਅੱਜ 5 ਮਹੀਨਿਆਂ ਤੋਂ ਬਾਅਦ ਵੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜੇ ਜੈ ਜੈਕਾਰ ਆ ਇਹ ਠੀਕ ਆ ਕਿ ਕਾਂਗਰਸ ਵਾਲੇ ਜਿਹੜੇ ਆ ਉਹਨਾਂ ਦੇ ਪੱਲੇ ਹੁਣ ਕੁਛ ਨਹੀਂ ਖਾਲੀ ਤੁਰੇ ਫਿਰਦੇ ਨੇ ਅਤੇ ਇਸ ਕਰਕੇ ਵੀ ਲੋਕ ਜਿਹੜੇ ਆ ਮੁੜ ਕੇ ਆਏ ਆ ਪਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਹਰ ਥਾਂ ਦੇ 'ਤੇ ਹਰ ਜਗ੍ਹਾ 'ਤੇ ਜਾ ਕੇ ਲੋਕਾਂ ਦੇ ਦੁੱਖ ਦੇ ਵਿੱਚ ਸ਼ਾਮਿਲ ਹੋਣ ਕਰਕੇ ਵੀ ਲੋਕਾਂ ਦਾ ਜਿਹੜਾ ਮਹਾਨ ਆ ਸ਼੍ਰੋਮਣੀ ਅਕਾਲੀ ਦਲ ਵੱਲ ਮੁੜਿਆ ਸੋ ਤਕੜੇ ਹੋ ਕੇ ਕਿਉਂਕਿ ਪ੍ਰਧਾਨ ਸਾਹਿਬ ਨੇ ਬੋਲਣਾ ਬੜਾ ਸਮਾਂ ਹੋ ਗਿਆ ਅਤੇ ਹੁਣ ਮੈਂ ਇੱਕੋ ਹੀ ਕਿਰਪਾ ਕਰਿਓ ਕਿ ਹੁਣ ਜਿੰਨਾ ਚਿਰ ਪ੍ਰਧਾਨ ਸਾਹਿਬ ਬੋਲਣ ਉਹਨਾਂ ਦੇ ਬੋਲਣ ਦੇ ਵਿੱਚ ਮੇਰੀ ਬੇਨਤੀ ਆ ਬਾਕੀ ਤਾਂ ਤੁਹਾਡੀ ਆਪਣੀ ਮਰਜ਼ੀ ਹੁੰਦੀ ਕਈ ਵਾਰਾਂ ਉਹਨਾਂ ਚਿਰ ਆਰਾਮ ਨਾਲ ਗੱਲ ਉਹਨਾਂ ਦੀ ਸੁਣਿਓ ਉਸ ਤੋਂ ਬਾਅਦ ਫਿਰ ਆਪਾਂ ਆਪੋ ਆਪਣੇ ਨਗਰਾਂ ਨੂੰ ਚੱਲ ਜਾਣਾ ਪਰ ਜਾ ਕੇ ਨਗਰਾਂ ਦੇ ਵਿੱਚ ਆਪਾਂ ਬੈਠਣਾ ਨਹੀਂ ਆਪਾਂ ਆਪਣੀ ਪਾਰਟੀ ਦਾ ਸੱਥਾਂ ਦੇ ਵਿੱਚ ਬਹਿ ਕੇ ਘਰਾਂ 'ਚ ਬਹਿ ਕੇ ਜਿੱਥੇ ਜਿੱਥੇ ਵੀ ਕੋਈ ਮਿਲਦਾ ਉਹਦਾ ਪ੍ਰਚਾਰ ਕਰਨਾ ਇਹਦੀ ਚੜ੍ਹਦੀ ਕਲਾ ਦੀ ਆਪਾਂ ਅਰਦਾਸ ਕਰਨੀ ਆ ਸ਼੍ਰੋਮਣੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ 100 ਸਾਲ ਹੋਣੀ ਸਾਰੇ ਹਿੰਦੁਸਤਾਨ 'ਚ ਕੋਈ ਰੀਜਨਲ ਪਾਰਟੀ ਇੰਨੀ ਪੁਰਾਣੀ ਪਾਰਟੀ ਨਹੀਂ ਔਰ ਇਹ ਪਾਰਟੀ ਦਾ ਇਤਿਹਾਸ ਇਹ ਜਿਹੜੇ ਸੂਰਮੇ ਉਹਨਾਂ ਦੀ ਮਿੱਝ ਦੇ ਇਹ ਨੀਂਹ ਰੱਖੀ ਆ ਕੁਰਬਾਨੀਆਂ ਭਰਿਆ ਇਤਿਹਾਸ ਆ ਸੋ ਇਸ ਕਰਕੇ ਇਹਦੀ ਆਪਾਂ ਜੈ ਜੈਕਾਰ ਕਰਾਉਣੀ ਆ ਇਹਦੇ ਨਾਲ ਚੱਲਣਾ ਇਲੈਕਸ਼ਨ ਦੇ ਵਿੱਚ ਕਈ ਸਿੰਘ ਮੈਂ ਗੁੱਸਾ ਨਾ ਕਰਨ ਉਹ ਮੈਂ ਕਹਿ ਦਿੰਦਾ ਵੀ ਰਹਿੰਦੇ ਤਾਂ ਪਾਰਟੀ 'ਚ ਹੀ ਆ ਪਰ ਉਹ ਛੁਰੀਆਂ ਮਾਰਦੇ ਵੇਲੇ ਦੇ ਵੇਲੇ ਛੁਰੀਆਂ
ਉਹ ਮਾਰਦੇ ਆ ਉਹਦਾ ਫਿਰ ਨੁਕਸਾਨ ਹੁੰਦਾ ਉਹ ਕਿਰਪਾ ਕਰਕੇ ਇਸ ਚੀਜ਼ ਤੋਂ ਬਾਜ ਆਉਣਾ ਉਹ ਆਹ ਤਾਂ ਉਹਨਾਂ ਨੂੰ ਕੀ ਆਖਣਾ ਰੱਬ ਨੇ ਨਹੀਂ ਉਹਨਾਂ ਨੂੰ ਮਾਫ਼ ਕਰਨਾ ਰੱਬ ਨੇ ਨਹੀਂ ਉਹਨਾਂ ਨੂੰ ਮਾਫ਼ ਕਰਨਾ ਪਾਰਟੀ ਦੇ ਵਿੱਚ ਰਹਿ ਕੇ ਇਮਾਨਦਾਰੀ ਦੇ ਨਾਲ ਭਾਵੇਂ ਕੋਈ ਹੋਵੇ ਪਾਰਟੀ ਦਾ ਕੈਂਡੀਡੇਟ ਤਨ ਮਨ ਧਨ ਦੇ ਨਾਲ ਉਹਦੀ ਮਦਦ ਕਰਨੀ ਚਾਹੀਦੀ ਆ ਇਹੋ ਹੀ ਇੱਕ ਸ਼੍ਰੋਮਣੀ ਅਕਾਲੀ ਦਲ ਅਸੂਲ ਆ ਇਹਨਾਂ ਹੀ ਕਹਿ ਕੇ ਖੇਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ